अगले बने जिदा की आवाज कटू ओदा दूंगा तेनू करके खान डिया मेरी रोटी तू कितों लाती जा मुंडे जेड़े दूजे आ जेड़े भैनी जवाउ डे आ ना कमेंटा वाली पहला जीजे की गल सुनो फिर मेरे नाल गल करो या सच्ची गल कहना मैं भंगड़े नाल बोलियां पाउंदा रहा मेरे वीर कला ढोल जिहड़ा ज्यादा चिर ढोल ते कढ गया ओ सिंगर मैं इक्को गल कहना ओ बंदा शरीफ सी जिहड़ा चुप कर गया मैं थोड़ी बुंबली बना दूं ठीक है ना ओहदा कम तक मतलब रखो जे कोई थोनू भरम भुलेखा हैगा पिंड ही रहना जिहनू फोन जिहड़े फोन कर सकदे ने ऊं वी मिल सकदे ने जदों मर्जी आ जाओ गिफ्ट खुल्ला दे के तोरूं ठीक है ना भरम भुलेखे दे विच वी जां तुसीं किते कोई किसे नूं ओह करदे हो जूंडे जे खिलरन दे विच मिंट नहीं लाउणा ठीक है ना ओहदा बंदिआं वांगू कम करो ठीक है ना आस्तादी अस्तूदी वाले ना असीं हैगे आ ते ना सानूं किसे दी कोई सले दी झेप आ जिद्दण फुल पाउणे होए तैनूं वी पा देंगे विच ही ਟਸ ਪਾ ਕੇ ਮੈਦਾਨ ਨਹੀਂ ਜਿੱਤੇ ਜਾਂਦੇ ਬੱਲਿਆ ਅਸਲ ਜ਼ਿੰਦਗੀ ਚ ਵੀ ਕਾਰਵਾਈ ਕਾਨੂੰਨੀ ਚਾਹੀਦੀ ਆ ਥੋੜਾ ਹੀ ਟਾਈਮ ਆ ਸੁਨਾਮੀ ਆਉਣ ਵਾਲੀ ਆ ਪੁਰਾਣੇ ਯੰਗਾਂ ਵਿੱਚੋਂ ਏਜ ਆਉਂਦੀ ਮਿੱਠੀ ਏ ਲੈਜੜਾਂ ਚ ਆਉਂਦਾ ਤੇਰਾ ਯਾਰ ਨਹੀਂ ਹਾਂਜੀ ਦੋਸਤੋ ਅੱਜ ਦੇ ਸਮੇਂ ਵਿੱਚ ਸਿੱਧੂ ਮੂਸੇਵਾਲਾ ਅਸਲ ਵਿੱਚ ਲੈਜੜ ਬਣ ਚੁੱਕਿਆ ਹੈ ਪੰਜਾਬੀ ਇੰਡਸਟਰੀ ਦੀ ਗਾਇਕੀ ਦਾ 3 ਸਾਲਾਂ ਦੇ ਵਿੱਚ ਹੀ ਪੰਜਾਬੀ ਇੰਡਸਟਰੀ ਦਾ ਦੌਰ ਚੇਂਜ ਕਰਕੇ ਰੱਖ ਦਿੱਤਾ ਤੇ ਇਹ ਗੱਲ ਅਕਸਰ ਹੀ ਤੁਸੀਂ ਸਿੱਧੂ ਦੇ ਗਾਣੇ ਵਿੱਚ ਸੁਣੀ ਹੋਵੇਗੀ ਤੇ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਨੇ ਉਹ ਇਸ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਤੇ ਕਮੈਂਟਾਂ ਵਿੱਚ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਕਈ ਸਿੰਗਰ ਸਿੱਧੂ ਨਾਲ ਖਹਿ ਕੇ ਜਾਂ ਸਿੱਧੂ ਨੂੰ ਮਾੜਾ ਬੋਲ ਕੇ ਫੇਮ ਭਾਲਦੇ ਨੇ ਤੇ ਉਵੇਂ ਹੀ ਮਨਿੰਦਰ ਬਾਠ ਨੇ ਬਿਨਾਂ ਹੀ ਗੱਲ ਤੋਂ ਲਾਈਵ ਹੋ ਕੇ ਸਿੱਧੂ ਨੂੰ ਬੋਲ ਕਬੋਲ ਬੋਲਣੇ ਸ਼ੁਰੂ ਕਰਤੇ ਆਖੇ ਜੇ ਤੂੰ ਮੇਰੇ ਨਾਲ ਬੋਲੀਆਂ ਵਾ ਸੱਜਣਾ ਇਹ ਕੋਈ ਗਲਤ ਨਹੀਂ ਸੋ ਹਾਲ ਵਿੱਚ ਸਿੱਧੂ ਮੂਸੇਵਾਲਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਕੀ ਕਿਹਾ ਸਿੱਧੂ ਮੂਸੇਵਾਲਾ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ ਲਿਬੜ ਲਬੜਾਈ ਆ ਮਿੱਟੀ ਹੋਈ ਆ ਸਾਡੇ ਕੋਲ ਹੋਰ ਕੁਝ ਨਹੀਂ ਆ ਕਰੋਨਾ ਕਰੋਨਾ ਬਾਈ ਘਰੇ ਬਾਈ ਆਰਾਮ ਨਾਲ ਟੇਕ ਕੇ ਇਹ ਤਾਂ ਕੁਛ ਨਹੀਂ ਲੈਣਾ ਆਜੋ 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 ਕੀ ਹਾਲ ਆ ਬਾਬੇ ਘੈਂਟ ਘੈਂਟ ਆ ਲਿੰਗ ਘੈਂਟ ਸਭ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਗੇਮ ਸੌਂਗ ਨੇ ਗੁੰਜਲਾ ਤੇ ਵੀਰੇ ਮੈਂ ਤਾਂ ਹੀ ਹੋਇਆ ਲਾਈਵ ਮੈਨੂੰ ਮੇਰੇ ਮਿੱਤਰ ਕਹਿਣ ਲੱਗ ਗਏ ਸਾਰੇ ਵੀ ਤੂੰ ਬਾਈ ਪ੍ਰਮੋਟ ਹੀ ਨਹੀਂ ਕੀਤਾ ਕਹਿੰਦਾ ਮੈਂ ਯਾਰ ਪ੍ਰਮੋਟ ਕਰਨ ਦੀ ਤਾਂ ਲੋੜ ਹੀ ਨਹੀਂ ਪ੍ਰਮੋਟ ਨਾਲ ਪ੍ਰਮੋਟ ਕਰਨ ਵਾਲੇ ਹੈਗੇ ਭਰਾ ਆਪਣੇ ਕਿੱਦਾਂ ਨਹੀਂ ਸੁਣਨਾ ਕਹਿੰਦਾ ਉਹਨਾਂ ਨੇ ਸੁਣੀ ਲੈਣਾ ਅਤੇ ਆਲਮੋਸਟ 24 ਲੱਖ ਕਮੈਂਟ ਹੋ ਗਿਆ ਅਤੇ 11 ਮਿਲੀਅਨ ਵਿਊ ਹੋ ਗਏ ਛੇ ਲੱਖ ਸਬਸਕ੍ਰਾਈਬਰ ਹੋ ਗਿਆ ਨਾਟਕਾਂ ਰੈਕਡ 'ਤੇ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਦਾ ਥੈਂਕ ਯੂ ਮੈਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਮੈਂ ਥੋੜ੍ਹਾ ਦੇਣ ਵੀ ਦੇ ਸਕਦਾ ਜਿੰਨੇ ਵੀ ਪਿਆਰ ਕਰਦੇ ਤੁਸੀਂ ਮੇਰੇ ਭਰਾ ਮੈਨੂੰ ਪਰਮਾਤਮਾ ਕੇ ਇਹੀ ਦੁਆ ਕਰੂੰਗਾ ਵੀ ਤੁਸੀਂ ਸਾਰੇ ਠੀਕ ਰਹੋ ਤੰਦਰੁਸਤ ਰਹੋ ਹੱਸਦੇ ਵੱਸਦੇ ਰਹੋ ਠੀਕ ਹੈ ਅਤੇ ਇੰਡੀਆ ਦੀ ਹਿਸਟਰੀ 'ਚ ਆਈ ਥਿੰਕ ਪਹਿਲੀ ਵਾਰੀ ਹੋਇਆ ਵੀ 24 ਲੱਖ ਕਮੈਂਟ ਹੋਇਆ ਕਿਸੇ ਨੂੰ ਅਤੇ ਇਹ ਮੈਨੂੰ ਲੱਗਦਾ ਵੀ ਇਹਦੇ 'ਚ ਕੋਈ ਮੇਰੀ ਉਪਲਬਧੀ ਨਹੀਂ ਹੈ ਤੋਂ ਤੁਹਾਡੇ ਸਾਰਿਆਂ ਦੀ ਉਪਲਬਧੀ ਹੈ ਅਤੇ ਤੁਸੀਂ ਤੁਹਾਡੇ ਸਿਰ ਜਾਂਦਾ ਇਸ ਚੀਜ਼ ਦਾ ਸਿਹਰਾ ਸਾਰਿਆਂ ਦੇ ਅਤੇ ਘੈਂਟ ਮਾਹੌਲ ਕੀਤਾ ਹੋਇਆ ਜਿਹੜਾ ਸਾਰਾ ਗੇਮ 5 ਮਿਲੀਅਨ ਕਮੈਂਟਸ ਕਰ ਦਿਓ ਬਾਈ ਕੋਈ ਨਹੀਂ ਡਾਰਲਿੰਗ ਕਰ ਹੀ ਦੇਣੇ ਤੁਸੀਂ ਮੈਨੂੰ ਪਤਾ ਮੈਨੂੰ ਕਹਿਣ ਦੀ ਲੋੜ ਨਹੀਂ ਜਾਂ ਅਤੇ ਇਹ ਟਾਈਮ ਇਹ ਇੱਕ ਇਹੋ ਜਿਹੇ ਹਿਸਾਬ ਨਾਲ ਟਾਈਮ ਆਇਆ ਵੀ ਮੈਨੂੰ ਬੋਲਣ ਦੀ ਲੋੜ ਨਹੀਂ ਪਈ ਤੁਸੀਂ ਆਪ ਜਵਾਬ ਦਿੱਤਾ ਸਾਰਿਆਂ ਨੂੰ ਹੈ ਨਾ ਅਤੇ ਮੈਂ ਕਹਿੰਦਾ ਵੀ ਤੁਹਾਡੇ ਚਰਨਾਂ 'ਚ ਸਿਰ ਝੁਕਦਾ ਮੇਰਾ ਸਾਰਿਆਂ ਦੇ ਚਲੋ ਇਹ ਤਾਂ ਹੋ ਗਈਆਂ ਸਾਰੀਆਂ ਗੱਲਾਂ ਪਿਆਰ ਮੁਹੱਬਤ ਵਾਲੀਆਂ ਅਤੇ ਤੁਹਾਨੂੰ ਲਾ ਲਓ ਇਨਫੋਰਮੈਲਿਟੀ ਜੀ ਮਾਰਿਆ ਪਰ ਯਾਰ ਕਹਿਣਾ ਬਣਦਾ ਵੀ ਇੰਨੀ ਮੈਂ ਕਹਿੰਦਾ ਵੀ ਮੈਂ ਲੱਕੀ ਹਾਂ ਨਾ ਪਰਮਾਤਮਾ ਬਣੀ ਹੋ ਵੀ ਪਰਮਾਤਮਾ ਦੇ ਇੰਨਾ ਆਸ਼ੀਰਵਾਦ ਹੈ ਤੁਸੀਂ ਸਾਰੇ ਮੇਰੇ ਨਾਲ ਹੋ ਨਾ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋ ਅਤੇ ਐਂ ਕਰਦੇ ਰਹੋ ਅਤੇ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਵੀ ਪਿੱਠ ਨਹੀਂ ਲੱਗਣ ਹੁੰਦਾ ਕਿਸੇ ਦੇ ਵੀ ਠੀਕ ਹੈ ਨਾ ਅਤੇ ਘੈਂਟ ਮਾਹੌਲ ਚਾਲ ਦੇ ਵਿੱਚ ਗਾਣੇ ਆ ਰਹੇ ਨੇ ਆਹ ਸਾਲ ਯਾਦ ਰੱਖਣਗੇ ਸਾਰੇ ਵੀ ਹੈ ਨਾ ਐਡੇ ਐਡੇ ਗਾਣੇ ਦੇਖਣੇ ਨੇ ਦੇਖੀ ਚੱਲੇ ਅਤੇ ਲਵ ਯੂ ਜੱਫਾ ਅਤੇ ਸ਼ੂਟਰ ਨੂੰ ਸਾਰੇ ਜਣੇ ਫੋਲੋ ਕਰ ਲਓ ਡਾਰਲਿੰਗ ਉਹ ਵੀ ਘੈਂਟ ਮੁੰਡਾ ਅਤੇ ਵਧੀਆ ਗਾਉਂਦਾ ਵਧੀਆ ਲਿਖਦਾ ਅਤੇ ਹੋਰ ਵੀ ਉਹਦੇ ਵੀ ਗਾਣੇ ਆ ਰਹੇ ਨੇ ਅਤੇ ਨਵੇਂ ਬੰਦੇ ਹੋਰ ਲਾਂਚ ਕਰਨ ਜਾ ਰਹੇ ਹਾਂ ਜਿਹੜੇ ਆਪਣੀ ਟੀਮ 'ਚ ਨੇ ਆਪਣੇ ਨਾਲ ਸਾਈਨ ਦੀ ਮੈਂ ਕਹਿਣਾ ਵੀ ਜਿਹੜੇ ਆਪਣੇ ਨਾਲ ਭਾਈਚਾਰੇ 'ਚ ਨੇ ਜਿਹੜੇ ਆਪਣੇ ਨਾਲ ਕੰਮ ਕਰ ਰਹੇ ਨੇ ਅਤੇ ਨਵੇਂ ਨਵੇਂ ਮੁੰਡੇ ਸਾਰੇ ਨਵੇਂ ਅਤੇ ਤਾਮਾ ਜਾਮਾ ਗ੍ਰੈਂਡ ਕਰ ਦਿਆਂਗੇ ਨਾਟਕਾਂ ਨਾਲ ਅਤੇ ਬਾਕੀ ਸਿੱਧੂ ਮੂਸੇਵਾਲੇ ਉੱਤੇ ਵੀ ਨਿਗਾਹ ਰੱਖਿਓ ਉਹਦੇ 'ਤੇ ਵੀ ਕੁਛ ਨਾ ਕੁਛ ਗਿਫਟ ਦੇ ਦਿੰਦਾ ਤੁਹਾਨੂੰ ਛੇਤੀ ਛੇਤੀ ਠੀਕ ਹੈ